ਦਾ ਸਮਾਂ ਹੋ ਗਿਆ। ਕੈਪਟਨ ਸਾਹਿਬ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਨਾਂ ਚੋਂ ਇੱਕ ਵੀ ਪੂਰਾ ਨਹੀਂ ਕੀਤਾ। ਔਰ ਇੱਥੇ ਤੀਕਰ ਕਿ ਸਾਢੇ ਚਾਰ ਸਾਲ ਦੇ ਵਿੱਚ ਘਰੋਂ ਬਾਹਰ ਜਿਹੜਾ ਉਹਦਾ ਫਾਰਮ ਹਾਊਸ ਸੀਗਾ ਉਸ ਤੋਂ ਬਾਹਰ ਤੱਕ ਨਹੀਂ ਨਿਕਲੇ। ਪੰਜਾਬ ਦੇ ਕਿਸੇ ਜ਼ਿਲ੍ਹੇ 'ਚ ਜਾ ਕੇ ਕੋਈ ਮੀਟਿੰਗ ਨਹੀਂ ਕੀਤੀ, ਕੋਈ ਲੋਕ ਜਨਤਾ ਦਾ ਹਾਲ ਨਹੀਂ ਪੁੱਛਿਆ। ਅੱਜ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਹੈ ਕਿ ਸਾਰੇ ਪੰਜਾਬ ਦੇ ਮੁਲਾਜ਼ਮ ਹੜਤਾਲ ਕਰੀ ਬੈਠੇ ਆ, ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ। ਟੀਚਰਸ ਆਪਦੀਆਂ ਤਨਖਾਹਾਂ ਵਾਸਤੇ ਹੜਤਾਲ ਕਰੀ ਬੈਠੇ ਆ, ਉਹਨਾਂ ਨਾਲ ਗੱਲ ਕਰਨ ਦੀ ਬਜਾਏ ਉਹਨਾਂ ਦੇ ਡਾਂਗਾਂ ਪੈ ਰਹੀਆਂ ਨੇ। ਇਸੇ ਤਰ੍ਹਾਂ ਸਾਰੇ ਪੰਜਾਬ ਦੇ ਸਫਾਈ ਕਰਮਚਾਰੀ ਆ ਜਿਹੜੇ ਉਹ ਵੀ ਗੰਦ ਭਰਿਆ ਪਿਆ ਸਾਰੇ ਸ਼ਹਿਰਾਂ 'ਚ, ਕੋਈ ਵੀ ਉਹਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਹੈ। ਡੈਮੋਕ੍ਰੇਸੀ ਦੇ ਵਿੱਚ ਸਾਰੇ ਵਰਗ ਹੜਤਾਲ ਕਰਦੇ ਹੈ, ਉਹਨਾਂ ਨਾਲ ਗੱਲਬਾਤ ਨਾਲ ਮਸਲੇ ਸੁਲਝਾਏ ਜਾਂਦੇ ਹੈ, ਪਰ ਇਹ ਪਹਿਲੀ ਸਰਕਾਰ ਹੈ ਜੋ ਨਾ ਕਿਸੇ ਟੀਚਰਸ ਨਾਲ ਗੱਲ ਕਰਦੇ ਹੈ, ਨਾ ਸਫਾਈ ਕਰਮਚਾਰੀਆਂ ਨਾਲ ਗੱਲ ਕਰਦੇ ਹੈ, ਨਾ ਜਿਹੜਾ ਸੈਕਟਰੀਏਟ ਜਿਹੜੇ ਮੁਲਾਜ਼ਮ ਹੈ ਉਹਨਾਂ ਨਾਲ ਗੱਲ ਕਰਨ ਨੂੰ ਤਿਆਰ ਹੈ। ਅੱਜ ਪੰਜਾਬ ਦਾ ਜਿਹੜਾ ਕਾਰੋਬਾਰ ਹੈ ਠੱਪ ਹੋ ਕੇ ਰਹਿ ਗਿਆ। ਨਹਿਰਾਂ 'ਚ ਪਾਣੀ ਨਹੀਂ ਆ ਰਿਹਾ, ਬਿਜਲੀ ਦੇ ਬਹੁਤ ਵੱਡੇ ਵੱਡੇ ਕੱਟ ਲੱਗੇ ਹੋਏ ਆ। ਇਸੇ ਤਰ੍ਹਾਂ ਆ ਹੁਣ ਅੱਜ ਹੀ ਪਤਾ ਲੱਗਿਆ ਕਿ ਜਿਹੜੇ ਨਹਿਰਾਂ 'ਤੇ ਲਿਫਟ ਪੰਪ ਸੀ ਉਹ ਵੀ ਸਰਕਾਰ ਨੇ ਬੰਦ ਕਰਤੇ ਕਿ ਗਾਂਹ ਪਾਣੀ ਨਹੀਂ ਜਾ ਰਿਹਾ। ਦਰਅਸਲ ਇਹ ਮਿਸਮੈਨੇਜਮੈਂਟ ਹੈ। ਦੇਖੋ ਇਹਨਾਂ ਨੂੰ ਪਤਾ ਸੀ, ਜਦੋਂ ਮੌਸਮ ਵਿਭਾਗ ਵਾਲੇ ਦੱਸਦੇ ਆ ਸਾਨੂੰ, ਮੇਰੇ ਕੋਲ ਇਰੀਗੇਸ਼ਨ ਮਹਿਕਮਾ ਰਿਹਾ, ਤਾਂ ਅਸੀਂ ਉਹ 6 ਮਹੀਨੇ ਪਹਿਲਾਂ ਸਾਰਾ ਉਸਦਾ ਇੰਤਜ਼ਾਮ ਕਰਦੇ ਹਾਂ। ਇਹਨਾਂ ਨੂੰ ਪਤਾ ਸੀ ਕਿ ਮੌਨਸੂਨ ਜਿਹੜੀਆਂ ਉਹ ਲੇਟ ਆਉਣੀਆਂ, ਔਰ ਕਿ ਸਾਰਿਆਂ ਨੂੰ ਹੇਠਲੇ ਪੱਧਰ ਤੀਕਰ ਦਿੱਤਾ। ਸਾਡੇ ਵੇਲੇ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਆਈ, ਪਰ ਹੁਣ ਇਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸੀ ਅਸੀਂ ਦੁੱਗਣਾ ਕਰ ਦਿਆਂਗੇ, ਆਟਾ ਦਾਲ ਦੀ ਜਗ੍ਹਾ ਚਾਹ ਪੱਤੀ ਅਤੇ ਖੰਡ ਘਿਓ ਵੀ ਦਿਆਂਗੇ, ਇਹਨਾਂ ਨੇ ਤਾਂ 40% ਕਾਰਡ ਹੀ ਕੱਟਤੇ, ਗਰੀਬ ਦੇ ਕੱਟ ਕੱਟੇ। ਸਰ ਇੱਕ ਬਸਟ ਹੈ, ਇਹਨੂੰ ਕਰਜ਼ੇ ਥੱਲੋਂ ਕੱਢਣ ਵਾਸਤੇ ਬਹੁਤ ਵੱਡੀਆਂ ਸਹੂਲਤਾਂ ਦਿੱਤੀਆਂ। ਫਾਰ ਐਗਜ਼ਾਮਪਲ ਟਿਊਬਵੈੱਲਾਂ ਦੇ ਬਿਜਲੀ ਦੇ ਬਿੱਲ ਮਾਫ਼ ਕੀਤੇ। ਜੇ ਟਿਊਬਵੈੱਲਾਂ ਦੇ ਬਿੱਲ ਵੀ ਅਸੀਂ ਮਾਫ਼ ਨਾ ਕਰਦੇ, ਪੰਜਾਬ ਦੇ ਵਿੱਚ ਖੁਦਕੁਸ਼ੀਆਂ ਵੱਧ ਜਾਣੀਆਂ ਸੀ, ਪੰਜਾਬ ਦੇ ਵਿੱਚ ਹੋਰ ਕਰਜ਼ਾ ਚੜ੍ਹ ਜਾਣਾ ਸੀ ਜ਼ਿਮੀਂਦਾਰ, ਔਰ ਹੋਰ ਦੁਖੀ ਹੋ ਜਾਂਦਾ ਜ਼ਿਮੀਂਦਾਰ। ਇਸੇ ਤਰ੍ਹਾਂ ਗਰੀਬ ਹੈ ਜਿਹੜੇ ਲੋਕ, ਉਹਨਾਂ ਨੂੰ ਜਿਹੜਾ ਅਸੀਂ ਮੁਫ਼ਤ ਆਟਾ ਦਾਲ ਦਿੱਤਾ ਹੈ ਉਹ ਉਹਨਾਂ ਦੀ ਇੱਕ ਤਰ੍ਹਾਂ ਦੀ ਉਹ ਗਰੀਬੀ ਤੋਂ ਰੇਖਾ ਤੋਂ ਜਿਹੜੇ ਲੋਕ ਹੇਠਾਂ ਹੈ ਉਹਨਾਂ ਨੂੰ ਦਿੱਤਾ। ਅਲਾਇੰਸ ਹੋਇਆ 1996 'ਚ ਵੀ ਹੋਇਆ ਸੀ, ਉਦੋਂ ਅਸੀਂ 11 ਸੀਟਾਂ ਜਿੱਤੀਆਂ ਸੀ ਅਤੇ 12 ਸੀਟਾਂ 9 ਅਕਾਲੀ ਦਲ ਨੇ, 3 ਬਹੁਜਨ ਸਮਾਜ ਪਾਰਟੀ ਨੇ, ਔਰ 1 ਸੀਟ ਕਾਂਗਰਸ ਨੇ, ਗੁਰਦਾਸਪੁਰ ਵਾਲੀ ਸੀਟ ਬੀਬੀ ਸੁਖਵੰਤ ਕੌਰ ਪਿੰਡਰ ਨੇ ਜਿੱਤੀ ਸੀ। ਇਹ ਦੁਬਾਰਾ ਜਿਹੜਾ ਅਲਾਇੰਸ ਹੋਇਆ ਹੈ ਇਹ ਪੰਜਾਬ 'ਚੋਂ ਸਵੀਪ ਕਰੂਗਾ, ਕਾਂਗਰਸ ਦੀ ਸਰਕਾਰ ਬਣੂਗਾ, ਅਕਾਲੀ ਦਲ ਦੀ ਸਰਕਾਰ ਬਣੂਗੀ, ਔਰ ਇਹਦੇ ਵਿੱਚ ਪੂਰੀ ਪ੍ਰਤੀਨਿਧਤਾ ਦਲਿਤ ਵਰਗ ਨੂੰ ਦਿੱਤੀ ਜਾਊਗੀ। ਔਰ ਇੱਥੇ ਤੱਕ ਸਾਡੇ ਤਾਂ ਪ੍ਰਧਾਨ ਨੇ ਕਿਹਾ ਕਿ ਦਲਿਤ ਜਿਹੜਾ ਹੈ ਉਹ ਡਿਪਟੀ ਸੀ ਐਮ ਪੰਜਾਬ ਦਾ ਦਲਿਤ ਹੋਊਗਾ। ਇਹਦਾ ਨਹੀਂ ਮੈਨੂੰ ਪਤਾ, ਜੋ ਦਲਿਤ ਬਿਆਨ ਦਿੱਤਾ ਕਿ ਦਲਿਤ ਦਾ ਹੋਊਗਾ। ਹੈਂਜੀ, ਹੁਣ ਦਲਿਤ ਦਾ ਕਿਹੜਾ ਹੋਊਗਾ, ਕੌਣ ਹੋਊਗਾ, ਇਹ ਤਾਂ ਦੋਵਾਂ ਪਾਰਟੀਆਂ ਦਾ ਸਮਝੌਤਾ ਹੈ, ਇਹ ਬੈਠ ਕੇ ਕਰ ਲੈਣਗੇ। ਇਹ ਪਾਵਰ ਅੱਜ ਮੈਂ ਡਿਸਾਈਡ ਨਹੀਂ ਕਰ ਸਕਦਾ, ਇਸ ਦੀ ਬਾਰੇ ਮੈਂ ਕੋਈ ਬੋਲਣਾ ਨਹੀਂ ਚਾਹੁੰਦਾ। ਸਹੂਲਤਾਂ ਇਹ ਸਰਕਾਰ ਨੇ ਬੰਦ ਕੀਤੀਆਂ ਹੈ, ਕਮ ਸੇ ਕਮ ਉਹ ਤਾਂ ਦੇਵਾਂਗੇ ਹੀ, ਬਾਕੀ ਜਿਹੜੀ ਸਾਡੀ ਆਉਣ ਵਾਲਾ ਜਿਹੜਾ ਸਾਡਾ ਮੈਨੀਫੈਸਟੋ, ਚੋਣ ਮੈਨੀਫੈਸਟੋ ਬਣਨਾ ਹੈ, ਉਹ ਕਮੇਟੀ ਦੇ ਵਿੱਚ ਅਸੀਂ ਡਿਸਾਈਡ ਕਰਾਂਗੇ ਕਿ ਦਲਿਤਾਂ ਨੂੰ ਹੋਰ ਕਿਹੜੀਆਂ ਸਹੂਲਤਾਂ ਦੇਣੀ। ਦੇਖੋ ਬਾਦਲ ਸਾਹਿਬ ਨੇ ਤਾਂ ਹਰੇਕ ਧਰਮ ਦੇ ਵਿਰਸੇ ਨੂੰ
पूरा सत्कार ते मान दिता है, उन्होंने भवन भी बनाए, सारा कुछ किया, सामने सारे पैसे वाले भीर जानते हैं।